ਚੱਲ ਕੇ ਆ ਤੁਹਾਡੀ ਕਮਾਈ ਕਿਹੜੇ ਰੋਜ਼ ਕਿਹੜੇ ਇਹਨਾਂ ਦਾ ਆਪਾਂ ਵਿਰੋਧ ਕਰ ਰਹੇ ਹਾਂ। ਹੁਣ ਪਹਿਲਾਂ ਆਪਾਂ ਕੁਛ ਨਾਰਿਆਂ ਦੇ ਨਾਲ ਸਟੇਜ ਸ਼ੁਰੂ ਕਰ ਰਮਿੰਦਰ ਖੰਨਾ ਭਾਜਪਾ ਦਾ ਕੌਮੀ ਜੱਟ ਅਮਰਿੰਦਰ ਖੰਨਾ ਮੁਰਦਾਬਾਦ ਲੋਕ ਏਕਤਾ ਜਿੰਦਾਬਾਦ ਕਿਸਾਨ ਮਾਰੂ ਭਾਜਪਾ ਸਰਕਾਰ ਮੁਰਦਾਬਾਦ ਕਿਸਾਨਾਂ ਜ਼ਿੰਮੇਵਾਰ ਸਰਕਾਰ ਮੁਰਦਾਬਾਦ ਭਾਜਪਾ ਸਰਕਾਰ ਮੁਰਦਾਬਾਦ ਰਮਿੰਦਰ ਖੰਨਾ ਮੁਰਦਾਬਾਦ ਅਮਰਿੰਦਰ ਖੰਨਾ ਮੁਰਦਾਬਾਦ ਸ੍ਰੀ ਅਰਪਣ ਖੰਨਾ ਜੀ ਭਾਰਤੀ ਜਨਤਾ ਪਾਰਟੀ ਸ੍ਰੀ ਅਰਵਿੰਦ ਖੰਨਾ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ। ਇਧਰ ਆਏ ਬੰਟੀ। ਕੋਈ ਬਹੁਤਾ ਵੱਡਾ ਕੰਮ ਨਹੀਂ ਹੁੰਦਾ ਜੇ ਉਹਦੀ ਗਰੰਟੀ ਵੀ ਦੇ ਦਿੰਦੀ, ਕਿਉਂ ਜੇ ਗਰੰਟੀ ਹੋ ਜਾਂਦੀ ਹੈ ਤਾਂ ਜਿਹੜੇ ਭਾਰਤੀ ਐਸੋਸੀਏਸ਼ਨ ਦੇ ਮਜ਼ਦੂਰ ਐਸੋਸੀਏਸ਼ਨ ਦੇ ਸਾਰੇ ਜੋ ਮੇਰੇ ਦੋਸਤ ਬੈਠੇ ਮੇਰੇ ਸਾਹਮਣੇ ਆਰਤੀ ਦਾ 9 ਮਾਸ ਦਾ ਰਿਸ਼ਤਾ ਹੁੰਦਾ ਬਹੁਤ ਵਧੀਆ ਚੱਲ ਰਿਹਾ, ਬਹੁਤ ਵਧੀਆ, ਬਹੁਤ ਉਤਸ਼ਾਹ ਮਿਲ ਰਿਹਾ, ਬਹੁਤ ਹੱਲਾਸ਼ਾਰੀ ਮਿਲ ਰਹੀ ਹੈ, ਬਹੁਤ ਚੰਗਾ ਚੱਲ ਰਿਹਾ। ਇੱਕ ਕਿਸਾਨ ਜਿੱਥੇ ਜਾਂਦੇ ਹੋ ਹਰ ਥਾਂ ਘਿਰਾਓ ਕਰਦੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਕਿਸਾਨ ਨਹੀਂ ਘਿਰਾਓ ਕਰ ਰਿਹਾ, ਕਿਸਾਨ ਤਾਂ ਆਪਣੇ ਨਾਲ ਹੈ, ਕਿਸਾਨ ਦੇ ਨਾਲ ਆਪਾਂ ਹੈ। ਦੇਖੋ ਇੱਕ ਗੱਲ ਹੈ, ਕਿਸਾਨ ਦੀ ਜੋ ਆਮਦਨੀ ਹੈ, ਮੁੱਖ ਮੁੱਦਾ MSP ਦਾ ਨਹੀਂ ਹੈ, ਮੁੱਦਾ ਹੈਗਾ ਕਿਸਾਨ ਦੀ ਆਮਦਨੀ ਦਾ। ਜਿਵੇਂ ਹਰੇਕ ਆਪਣੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕਰਦਾ, ਉਸ ਲੜਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਛੋਟੇ ਪੱਧਰ 'ਤੇ ਅਰਵਿੰਦ ਖੰਨਾ ਅਤੇ ਮੇਰੀ ਸੰਸਥਾ ਉਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਹੈ, ਹਰ ਗਰੀਬ ਦੇ ਨਾਲ ਹੈ, ਹਰ ਉਸ ਇਨਸਾਨ ਦੇ ਨਾਲ ਹੈ ਜੋ ਆਪਣੀ ਆਮਦਨੀ ਵਧਾਉਣਾ ਚਾਹੁੰਦਾ। ਇਹ ਜੋ ਘਿਰਾਓ ਕੀਤਾ ਜਾ ਰਿਹਾ, ਇਹ ਜਥੇਬੰਦੀ ਕਰ ਰਹੇ, ਨਾ ਕੋਈ ਕਿਸਾਨ ਹੈ ਉਹਨਾਂ ਦੇ ਨਾਲ, ਇਹ ਲੋਕਾਂ ਨੂੰ ਇਵੇਂ ਹੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਗਲਤ ਹੈ। ਮੈਂ ਕਹਿੰਦਾ ਇਹ ਜੋ ਜਥੇਬੰਦੀਆਂ ਹਨ, ਇਹ ਆਪਣਾ ਗੱਲ ਜ਼ਰੂਰ ਆ ਕੇ ਰੱਖਣ, ਪਰ ਇੱਕ ਸੰਵਿਧਾਨ ਦੇ ਵਿੱਚ ਰਹਿ ਕੇ ਜਿਵੇਂ ਦੂਜੀ ਪਾਰਟੀਆਂ ਅੱਜ
ਇੱਕ ਦੂਜੇ ਦੀ ਆਪਾਂ ਵਿਰੋਧ ਕਰ ਰਹੇ ਹਾਂ, ਆਪਾਂ ਆਪਣੀ ਗੱਲ ਰੱਖਦੇ, ਦੂਜੀ ਕਾਂਗਰਸ ਪਾਰਟੀ ਆਪਣੀ ਗੱਲ ਰੱਖਦੀ, ਆਮ ਆਦਮੀ ਪਾਰਟੀ ਆਪਣੀ ਗੱਲ ਰੱਖ ਰਹੀ, ਹਰੇਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਮੈਂ ਇਹਨਾਂ ਨੂੰ ਵੀ ਕਹਿ ਰਿਹਾ, ਇਹ ਜਥੇਬੰਦੀਆਂ ਨੂੰ, ਤੁਸੀਂ ਆ ਕੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖੋ, ਬਾਕੀ ਫੈਸਲਾ ਲੋਕਾਂ ਨੂੰ ਲੈਣ ਦਿਓ। ਤੁਸੀਂ ਘਰਾਂ ਕਰਕੇ ਮਾਹੌਲ ਖਰਾਬ ਕਰਨ ਨਾਲ ਕੀ ਫਾਇਦਾ ਮਿਲੇਗਾ ਪੰਜਾਬ ਨੂੰ ਅਤੇ ਆਉਣ ਵਾਲੀ ਭਵਿੱਖ ਨੂੰ।